ਬੱਚੇ ਸੁੱਤੇ ਪਏ ਨੇ, ਇਹਨਾਂ ਨੂੰ ਉਠਾਉਂਦੀਆਂ ਸਪਾਰਾ ਪੜ੍ਹਨ ਜਾਂਦੇ ਨੇ। ਸਮਨੈਨ ਉੱਠ, ਸਪਾਰਾ ਪੜ੍ਹਨ ਨਹੀਂ ਜਾਣਾ ਸਮਨੈਨ। ਅਸਲਾਮ ਅਲੈਕੁਮ ਮੇਰੇ ਤਮਾਮ ਭੈਣ ਭਾਈਆਂ ਨੂੰ ਕੀ ਹਾਲ ਚਾਲ ਹੈ, ਮਿਹਨਤ ਕਰਨੀ ਆ, ਤੁਸੀਂ ਠੀਕ ਠਾਕ ਹੋ? ਸੋ ਅਲਹਮਦੁਲਿਲਾ ਅਸੀਂ ਠੀਕ ਠਾਕ ਹਾਂ, ਸਾਡੀ ਗਾਂਵ ਮਿਸ਼ਨ ਦੇ ਨਾਲ ਜਿੱਥੇ ਵੀ ਰੱਖੋ ਉਸਦੇ ਬਾਅਦ ਨੂੰ ਹੱਸਦੇ ਮੁਸਕਰਾਉਂਦੇ ਰਹੋ। ਜੋ ਕੋਈ ਭੈਣ ਦਾ ਬਿਮਾਰ ਹੈ, ਅੱਲਾਹ ਪਾਕ ਨੂੰ ਸਿਹਤ ਤੰਦਰੁਸਤ ਕਰ ਰਹਿਮਤ ਫਰਮਾਵੇ। ਜੋ ਕੋਈ ਵੀ ਔਲਾਦ ਹੈ, ਅੱਲਾਹ ਪਾਕ ਨੂੰ ਔਲਾਦ ਤਾ ਫਰਮਾਵੇ। ਜੋ ਕੋਈ ਬੈਰੀ ਦਾ ਪਰੇਸ਼ਾਨ ਹੈ, ਅੱਲਾਹ ਪਾਕ ਨੂੰ ਪਰੇਸ਼ਾਨੀ ਤਾ ਫਰਮਾਵੇ। ਅੱਜ ਦਾ ਬਲੋਗ ਕਰਨੇ ਸ਼ੁਰੂ ਅੱਲਾਹ ਪਾਕ ਦਾ ਨਾਮ ਲੈ ਕੇ, ਕਿਉਂਕਿ ਸੁਬਹ ਦਾ ਟਾਈਮ ਹੈਗਾ। ਬੱਚਿਆਂ ਦੇ ਸਪਾਰਕ ਨੂੰ ਗਏ ਨੇ, ਅਤੇ ਮੈਂ ਨਾਸ਼ਤਾ ਜਿਹੜਾ ਹੈਗਾ ਨਾ ਉਹ ਬਣਾ ਲੈਂਦੀ ਹਾਂ, ਬਿਸਤਰੇ ਨੂੰ ਕੁਛ ਪਲੇਟ ਕੇ ਰੱਖ ਲੈਂਦੀ ਅੰਦਰ। ਅਤੇ ਹੁਣ ਜਿਹੜੀਆਂ ਮੰਜੀਆਂ ਹੈਗੀਆਂ ਨੇ ਨਾ ਇਹ ਵੀ ਪਾ ਲੈਂਦੀ ਹਾਂ, ਚੁੱਕ ਕੇ ਛੱਪੜ ਥੱਲੇ ਕੁਛ ਨਾ ਕਮਰੇ ਵਿੱਚ। ਅਤੇ ਅੱਲਾਹ ਪਾਕ ਸਾਹਿਬ ਮੇਰੇ ਭੈਣ ਭਾਈਆਂ ਨੂੰ ਸਿਹਤ ਤੰਦਰੁਸਤੀ ਦੇਵੇ, ਜੋ ਸਾਨੂੰ ਵੇਖਣ ਵਾਲੇ ਨੇ, ਅਤੇ ਜੋ ਸਾਨੂੰ ਤੁਸੀਂ ਅੱਛੇ ਅੱਛੇ ਪਿਆਰੇ ਪਿਆਰੇ ਕਮੈਂਟ ਕਰ ਰਹੇ ਹੋ, ਰੱਬ ਸੋਹਣਾ ਤੁਹਾਨੂੰ ਨਾ ਹਰ ਦਿਲ ਦੀ ਜਿਹੜੀ ਖੁਆਇਸ਼ ਪੂਰੀਆਂ ਕਰੇ। ਬਾਹਰ ਵਾਲੇ ਨੇ, ਇੱਥੋਂ ਵਾਲੇ, ਪਾਕਿਸਤਾਨ ਵਾਲੇ ਨੇ, ਯੂਕੇ ਵਾਲੇ ਨੇ, ਜਿੱਥੋਂ ਵਾਲੇ ਵੀ ਸਾਨੂੰ ਦੇਖਦੇ ਨੇ, ਭੈਣਾਂ ਭਾਈ ਸਾਨੂੰ ਲਾਈਕ ਸ਼ੇਅਰ ਕਰ ਰਹੇ ਨੇ। ਅੱਲਾਹ ਪਾਕ ਤੁਹਾਡੇ ਕਾਰੋਬਾਰ ਬਰਕਤ ਰਹਿਮਤ ਤਾ ਫਰਮਾਵੇ। ਅੱਲਾਹ ਪਾਕ ਤੁਹਾਡੀਆਂ ਪਰੇਸ਼ਾਨੀਆਂ ਮੁਸੀਬਤਾਂ ਸਖਤੀਆਂ ਸਭ ਦੂਰ ਕਰੇ, ਕਿਉਂਕਿ ਮੈਂ ਹਰ ਟਾਈਮ ਦੁਆਵਾਂ ਮੰਗਦੀ ਹਾਂ ਆਪਣੇ ਭੈਣਾਂ ਭਾਈਆਂ ਵਾਸਤੇ, ਜੋ ਮੇਰੇ ਚੈਨਲ 'ਤੇ ਹੈਗੇ ਨੇ, ਜੋ ਨਵੇਂ ਹੈਗੇ ਨੇ, ਜੋ ਅੱਗੇ ਵੇਖਣ ਵਾਲੇ ਹੈਗੇ ਨੇ। ਅੱਲਾਹ ਪਾਕ ਤੁਹਾਡੇ ਸਭ ਵਾਲੇ ਭੈਣਾਂ ਭਾਈਆਂ ਦੀ ਪਰੇਸ਼ਾਨੀਆਂ ਦੂਰ ਤਾ ਫਰਮਾਵੇ। ਇਨਸ਼ਾਅੱਲਾ ਸੂਰਜ ਕਿੰਨਾ ਪਿਆਰਾ ਨਜ਼ਰ ਆ ਰਿਹਾ, ਥੱਲੇ ਹਰਿਆਲੀ ਹਰਿਆਲੀ ਨਾਲ ਨਜ਼ਰ ਆ ਰਹੀ। ਸਾਡਾ ਛੋਟਾ ਜਿਹਾ ਪਿੰਡ ਹੈਗਾ, ਸਾਡੇ ਗਾਉਂ ਦੀ ਸੁਬਹ ਕਿੰਨੀ ਪਿਆਰੀ ਆਉਂਦੀ ਪਿੰਡ ਵਿੱਚ। ਸੂਰਜ ਛਾਵਾਂ ਆਹਿਸਤਾ ਆਹਿਸਤਾ ਨਾ, ਮਾਸ਼ਾਅੱਲਾ ਬਹੁਤ ਪਿਆਰਾ ਲੱਗ ਰਿਹਾ। ਹਾਂਜੀ, ਅਤੇ ਨਾ ਨਾਸ਼ਤਾ ਬੱਚਿਆਂ ਨੂੰ ਕਰਵਾ ਕੇ ਨਾ, ਅਤੇ ਮੈਂ ਬਰਤਨ ਜਿਹੜੇ ਹੈਗੇ ਨਾ ਉਹ ਸਮੇਟ ਲੈਣੇ, ਅਤੇ ਦਾਲ ਜਿਹੜੀ ਹੈਗੀ ਨਾ ਚਨਿਆਂ ਦੀ ਉਹ ਲਈ ਸੀ, ਅਤੇ ਉਹ ਨਾ ਵੇਖ ਕੇ ਰੱਖ ਦਿੱਤੀ ਮੈਂ, ਅਤੇ ਪਾਣੀ ਦੇ ਵਿੱਚ ਨਾ ਮੈਂ ਫਿਰ ਅੱਗ ਵਿੱਚ ਚੁੱਲ੍ਹੇ ਰਹਿ ਗਈ ਸਿਮਕ ਨਾ, ਤਾਂ ਕਿ ਗਲ ਜਾਏਗੀ। ਫਿਰ ਦੁਪਹਿਰ ਨੂੰ ਨਾ ਇਹਦਾ ਸਾਲਨ ਦਾਲ ਦਾ ਨਾ ਬਣਾ ਲਵਾਂਗੇ ਅਸੀਂ, ਅਤੇ ਚਨਿਆਂ ਦੀ ਦਾਲ ਹੈਗੀ ਉਹਨੂੰ ਮੈਂ ਪਾਣੀ ਵਿੱਚ ਬੇਹ ਤੋਂ ਮੈਂ ਨਾ ਝਾੜੂ ਫੇਰ ਲੈਂਦੀ ਹਾਂ, ਫਿਰ ਬਰਤਨ ਜਿਹੜੇ ਹੈਗੇ ਮੈਂ ਦੋ ਪੀਂਦੀ ਹਾਂ, ਸਫਾਈ ਕਰ ਲੈਂਦੀ ਹਾਂ ਘਰ ਦੀ। ਮੈਂ ਜਿਹੜੀ ਸਫਾਈ ਹੈਗੀ ਨਾ ਉਹ ਕਰ ਲੈਂਦੀ ਹਾਂ, ਕਿਉਂਕਿ ਅੱਗੇ ਨਾ ਬਰਤਨ ਜਿਹੜੇ ਹੈਗੇ ਹਨ ਉਹ ਸਮੇਟ ਲਿਆਉਣ ਮੈਂ, ਤਾਂ ਹੁਣ ਮੈਂ ਜਾਦੂ ਜਿਹੜੇ ਹੈਗੇ ਨਾ ਉਹ ਫੇਰ ਲੈਂਦੀ ਹਾਂ। ਬਾਲਣ ਜਿਹੜਾ ਹੈਗਾ ਨਾ ਖਤਮ ਹੋਏ ਪਏ, ਤੇ ਮੈਂ ਗੋਹੇ ਜਿਹੜੇ ਹੈਗੇ ਮੈਂ ਖਾਪੀਆਂ, ਇਹ ਵੇਖੀ ਬਾਲਣੇ। ਸਾਲਨ ਜਿਹੜਾ ਹੈਗੇ ਨੇ ਦਾਲ ਦਾ ਬਣਾਉਂਦੀ ਸੀ, ਅਤੇ ਮੈਂ ਪਿਆਜ਼ ਜਿਹੜੇ ਹੈਗੇ ਨਾ ਉਹ ਰੱਖ ਦਿੱਤੇ ਨੇ ਜਿਨ੍ਹਾਂ ਵਾਸਤੇ, ਹਰੀਆਂ ਮਿਰਚਾਂ ਪਿਆਜ਼ ਅਤੇ ਨਾ ਦਾਲ ਜਿਹੜੀ ਹੈਗੀ ਨਾ ਇਹ ਵੇਖ ਸ਼ੁਰੂ ਨਾਲ ਰੱਖ ਦਿੱਤੀ ਸੀ, ਅਤੇ ਨਾ ਉਹ ਵਿੱਚ ਨਾ ਦਾਲ ਜਿਹੜੀ ਹੈਗੀ ਨਾ ਉਹ ਵਾਹਵਾ ਪਾਣੀ 'ਚ ਨਾ ਗਲ ਜਾਂਦੀ, ਫਿਰ ਜਲਦੀ ਨਾ ਦਾਲ ਗਲਦੀ ਨਹੀਂ ਹੈਗੀ, ਚਨਿਆਂ ਦੀ ਦਾਲ ਹੈਗੀ, ਕਿਉਂਕਿ ਅਸੀਂ ਨਾ ਮੰਗੀ ਮੱਖਣ ਚਨਿਆਂ ਨੂੰ ਬਣਾਉਣ ਨਾ। ਕਬੂਤਰਾਂ ਵਾਸਤੇ ਮੈਂ ਰੋਟੀ ਜਿਹੜੀ ਹੈਗੀ ਨਾ ਉਹ ਬੋਰ ਲਈ, ਅਤੇ ਨਾ ਦਰਵਾਜ਼ਾ ਬੰਦ ਹੈਗਾ ਖੋਲ੍ਹ ਕੇ ਨਾ, ਅਤੇ ਉਹਨਾਂ ਨੇ ਵੀ ਰੋਟੀ ਪਾ ਦੇਣੀ ਆ ਕਬੂਤਰਾਂ ਨੂੰ।
ਹਾਂਜੀ ਤਿੰਨ ਰੋਟੀ ਮੈਂ ਪਾ ਦਿੱਤੀ ਅਤੇ ਪਾਣੀ ਵੀ ਪਾ ਦਿੱਤਾ ਅਤੇ ਨਾ ਚੋਗ ਲੈਣਗੇ ਬਾਹਰ ਨਿਕਲ ਕੇ ਨਾ ਚਾਰੇ ਸਾਰੇ ਨਾ ਬਾਹਰ ਆ ਰਹੇ ਨੇ ਕਿਉਂਕਿ ਭੁੱਖੇ ਹੈਗੇ ਸੀ ਦਾਣੇ ਤਾਂ ਖਤਮ ਹੋਏ ਆ ਅਤੇ ਉਹ ਰੋਟੀ ਹੈਗੀ ਮੈਂ ਬੋਰ ਕੇ ਪਾ ਦਿੱਤੀ ਇਹਨਾਂ ਵਿਚਾਰਿਆਂ ਨੂੰ ਅਤੇ ਅੱਲਾ ਪਾਕ ਹਿੰਮਤ ਕੁੰਜੈਸ ਦਿੰਦਾ ਅਤੇ ਦਾਣੇ ਲੈ ਕੇ ਅਤੇ ਕੁਛ ਇਹਨਾਂ ਨੂੰ ਫਿਰ ਪਾਏ ਕਰਾਂਗੇ ਕਿਉਂਕਿ ਅੱਗੇ ਹੈਗੇ ਹਨ ਦਾਣੇ ਤਾਂ ਇਹਨਾਂ ਨੂੰ ਵਿੱਚ ਪਾਉਂਦੇ ਅਸੀਂ ਤਿੰਨ ਹੁਣ ਦਾਣੇ ਜਿਹੜੇ ਹੈਗੇ ਨਾ ਖਤਮ ਹੋ ਗਏ ਅਤੇ ਤਾਂ ਵਾਸਤੇ ਨਾ ਇਹਨਾਂ ਨੂੰ ਰੋਟੀ ਜਿਹੜੀ ਹੈਗੀ ਨਾ ਉਹ ਬਣਾ ਕੇ ਨਾ ਅਤੇ ਇਹਨਾਂ ਨੂੰ ਬੋਰ ਕੇ ਪਾ ਦਿੰਦੇ ਹਾਂ ਕਿੰਨੇ ਭੁੱਖੇ ਹੈਗੇ ਹਨ ਮਾਸ਼ਾਅੱਲਾ ਸਾਰੇ ਜਿਹੜੇ ਹੈਗੇ ਇਹਨਾਂ ਨਿਕਲ ਆਏ ਨੇ ਬਾਹਰ ਸਾਰੇ ਚੁਗ ਰਹੇ ਨੇ ਰੋਟੀ ਸੋਹਣਾ ਮਾਲਕ ਗੁੰਜਾਇਸ਼ ਦੇਵੇਗਾ ਸਾਨੂੰ ਹੀ ਕਿਉਂਕਿ ਨਾਲ ਤਾਂ ਧੁੱਪ ਜਿਹੜੀ ਹੈਗੀ ਨਾ ਉਹ ਵੀ ਆ ਗਈ ਰੋਟੀ ਨਾਲ ਲੇਟ ਹੋ ਗਈ ਧੁੱਪ ਜਿਹੜੀ ਹੈਗੀ ਨਾ ਬਹੁਤ ਜ਼ਿਆਦਾ ਲੱਗ ਰਹੀ ਹਾਂਜੀ ਅਤੇ ਨਾਲ ਰੋਟੀਆਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਮੈਂ ਬਣਾ ਲਈਆਂ ਨੇ ਅਤੇ ਸ਼ਾਪੀ ਜਿਹੜੀ ਹੈਗੀ ਨਾ ਗਾਹ ਪੁੱਟਣ ਵਾਸਤੇ ਗਏ ਸੀ ਅਤੇ ਨਾ ਉਹਨੇ ਮਾਸ਼ਾਅੱਲਾ ਖਜੂਰਾਂ ਜਿਹੜੀਆਂ ਹੈਗੀਆਂ ਨਾ ਇਹ ਚੁੱਕ ਕੇ ਲੈ ਆਉਂਦੀਆਂ ਸੀ ਇਹ ਖਾ ਰਹੇ ਬੱਚੇ ਖਜੂਰਾਂ ਅੰਦਰ ਨਾ ਪੱਖੇ ਦੇ ਨਾਲ ਕਿਉਂਕਿ ਅੰਦਰ ਹੀ ਅਸੀਂ ਆ ਗਏ ਅਸੀਂ ਬਾਹਰ ਨਾਲ ਮੱਖੀਆਂ ਬਹੁਤ ਜ਼ਿਆਦੀਆਂ ਹੁੰਦੀਆਂ ਅਤੇ ਨਾ ਉਹਨੇ ਸਾਹਮਣਾ ਪਰਲੇ ਜਿਹੜੇ ਹੈਗੇ ਨਾ ਉਹ ਕੋਈ ਸ਼ਾਮ ਬਹੁਤ ਕਰਦੇ ਸੀ ਅਸੀਂ ਕਿ ਚੁੱਪ ਕਰਕੇ ਨਹੀਂ ਇੱਕ ਕਮਰੇ ਵਿੱਚ ਆ ਜਾਂਦੇ ਹਾਂ ਅਤੇ ਇੱਥੇ ਨਾ ਕੋਈ ਦਾਲ ਸੁਣੀਦੀ ਨਾ ਕੁਛ ਪੱਖੇ ਦਾ ਸੜਕ ਅਤੇ ਇਹਨਾਂ ਨੇ ਖਜੂਰਾਂ ਰੋਟੀਆਂ ਇਹਨਾਂ ਨੇ ਰਾਹ ਪੁੱਟੀਆਂ ਨੇ ਕਹਿੰਦੇ ਪਹਿਲੀ ਅਸੀਂ ਪਹਿਲੇ ਖਜੂਰਾਂ ਖਾਣੀਆਂ ਨੇ ਅਤੇ ਬਾਅਦ ਇਸ ਨਾਲ ਅਸੀਂ ਰੋਟੀ ਜਿਹੜੀ ਹੈਗੀ ਨਾ ਉਹ ਬਾਹਰ ਵਿੱਚ ਖਾ ਲਵਾਂਗੇ ਅਤੇ ਸੁਨੈਣ ਜਿਹੜਾ ਹੈਗਾ ਨਾ ਉਹਨੇ ਤਾਂ ਬੈਠੀ ਵੇਖ ਛੋਟੀ ਜਿਹੀ ਕਿਸ਼ਤ ਖਜੂਰਾਂ ਦੀ ਬਣਾ ਲਈ ਜਿਹੜਾ ਹੈਗਾ ਨਾ ਇੱਥੇ ਵੰਡਿਆ ਸੀ ਸਾਡੇ ਨਾ ਗਵਾਂਢੀਆਂ ਨੇ ਕਿਉਂਕਿ ਨਾ ਇੰਨੇ ਪੈਸੇ ਨਹੀਂ ਹੈਗੇ ਨੇ ਇਹਨਾਂ ਨੂੰ ਦੇਣ ਵਾਸਤੇ ਜੇ ਹੁੰਦੇ ਤਾਂ ਮੈਂ ਆਪਣੀ ਦਵਾਈਆਂ ਲੈ ਲੈਂਦੀ ਕਿਉਂਕਿ ਐਲਰਜੀ ਮੈਂ ਨਾ ਇੱਥੋਂ ਥੋੜ੍ਹੇ ਜਿਹੇ ਡਾਕਟਰ ਹੈਗੇ ਨੇ ਨਾ ਹਲਕੇ ਮੁਲਕੇ ਉਹਨਾਂ ਕੋਲ ਲੈਂਦੀ ਹਾਂ ਦਵਾਈ ਸਾਹੀਵਾਲ ਜੇਲ੍ਹ ਦਾ ਡਾਕਟਰ ਹੈਗੇ ਨੇ ਅਗਰ ਉਹਨਾਂ ਕੋਲ ਮੈਂ ਦਵਾਈ ਲਵਾਂ ਨਾ ਤਾਂ ਸਫਾ ਜਿਹੜੀ ਹੈਗੀ ਨਾ ਐਲਰਜੀ ਮੇਰੀ ਹਟ ਜਾਣੀ ਜੇਲ੍ਹ ਦਾ ਡਾਕਟਰ ਕੋਲ ਜਾਵਾਂ ਉਹਨਾਂ ਦੀ ਫੀਸ ਜ਼ਿਆਦਾ ਹੁੰਦੀ ਨਾ ਫੀਸ ਲੈਂਦੇ ਨੇ ਅਤੇ ਫਿਰ ਦਵਾਈ ਉਹ ਦਿੰਦੇ ਨੇ ਜੇਲ੍ਹ ਦਾ ਡਾਕਟਰ ਕੋਲ ਮੈਨੂੰ ਇੱਥੋਂ ਦੇ ਡਾਕਟਰ ਕਹਿੰਦੇ ਮੈਨੂੰ ਵੀ ਜੇਲ੍ਹ ਦਾ ਡਾਕਟਰ ਕੋਲ ਗਿਆ ਜੇਲ੍ਹ ਦਾ ਡਾਕਟਰ ਵਾਸਤੇ ਇੰਨੇ ਮੇਰੇ ਕੋਲ ਪੈਸੇ ਨਹੀਂ ਹੈਗੇ ਅਤੇ ਤਾਂ ਵਾਸਤੇ ਕਿਉਂਕਿ ਗਰੀਬ ਹੈ ਗਿਆ ਕਦੀ ਅੱਲਾ ਪਾਕ ਸਾਨੂੰ ਹਿੰਮਤ ਗੁੰਜਾਇਸ਼ ਦੇਵੇਗਾ ਪੈਸੇ ਅਤੇ ਫਿਰ ਮੈਂ ਨਾ ਜਾ ਕੇ ਜੇਲ੍ਹ ਦਾ ਡਾਕਟਰ ਕੋਲ ਦਵਾਈ ਲੈ ਆਵਾਂਗੀ ਅਤੇ ਤੁਸੀਂ ਵੀ ਸਾਰੇ ਭੈਣਾਂ ਭਾਈ ਮੇਰੇ ਹੱਥ ਵਿੱਚ ਵੀ ਦੁਆ ਕਰਨਾ ਕਿ ਮੇਰੀ ਐਲਰਜੀ ਜਿਹੜੀ ਹੈਗੀ ਨੇ ਖਤਮ ਹੋ ਜਾਵੇ ਹੁਣ ਸਰਦੀਆਂ ਆ ਰਹੀਆਂ ਨੇ ਨਾ ਅਤੇ ਮੇਰੇ ਸਾਰੀਆਂ ਨਾਲੀਆਂ ਵਿੱਚ ਐਲਰਜੀ ਹੈਗੀ ਮੇਰਾ ਸਾਹ ਜਿਹੜਾ ਹੈਗਾ ਨਾ ਉਹ ਰੁਕ ਜਾਂਦਾ ਮੈਨੂੰ ਨਾ ਬਹੁਤ ਜ਼ਿਆਦਾ ਔਖਾ ਮੁਸ਼ਕਲ ਸਾਹ ਲੈਣਾ ਪੈਂਦਾ ਛੇਕ ਛੇਕ ਕੇ ਮੈਨੂੰ ਸਾਹ ਲੈਣਾ ਪੈਂਦਾ ਸਰਦੀਆਂ ਵਿੱਚ ਤਾਂ ਅਕਸਰ ਨਾ ਰਾਤ ਨੂੰ ਮੈਂ ਬਹਿ ਕੇ ਰਾਤ ਗੁਜ਼ਾਰਨੀ ਹੈ ਕਿ ਮੈਂ ਨਾ ਬਹੁਤ ਪਰੇਸ਼ਾਨ ਅਤੇ ਨਾ ਸਾਹ ਲਵਾਂ ਬਹੁਤ ਜ਼ਿਆਦਾ ਤੰਗ ਹੋ ਜਾਂਦੀ ਹਾਂ ਮਿਹਨਤ ਕਰਨੀ ਅੱਜ ਦਾ ਵੀਡੀਓ ਮੇਰੀ ਭੈਣਾਂ ਭਰਾਵਾਂ ਸਾਡਾ ਵਲੋਗ ਪਸੰਦ ਆ ਸਾਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਸਾਡੀ ਵੀਡੀਓ ਐਂਡ 'ਤੇ ਵੇਖੀ ਕਰੋ ਸ਼ੁਰੂ ਤੋਂ ਗਰੀਬ ਦੀ ਸਾਡੇ ਟੈਸਟ ਹੈਗੀ ਸਾਡੀ ਨਾ ਵਾਰ ਵਾਰ ਮਿਹਨਤ ਕਰਨੀ ਕਰਨੀ ਆ ਕਿਉਂਕਿ ਤੁਹਾਡੀ ਸਪੋਰਟ ਨਾਲ ਮੇਰਾ ਚੈਨਲ ਅੱਛਾ ਲਾਈਕ ਜ਼ਰੂਰ ਕਾਮਯਾਬ ਹੋ ਜਾਏਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਲਾ ਸੁਣਾ ਤੁਹਾਡੇ ਵੀਜ਼ਾ ਕਿ ਸ਼ਕਰ ਬਰਕਤ ਔਰ ਪਾਵੇ ਰਹਿਮਤ ਪਾਵੇ ਅੱਜ ਦੇ ਵਲੋਗ ਵਿੱਚ ਆਨੇ ਇੱਥੇ ਜਦ ਸੁਬਹ ਮਿਲਾਂਗੇ ਅੱਛੇ ਵੀ ਲੋਕ ਨਾਲ ਅਗਰ ਜ਼ਿੰਦਗੀ ਰਹੀ ਤਾਂ ਜ਼ਿੰਦਗੀ ਦਾ ਕੋਈ ਪਤਾ ਨਹੀਂ ਅੱਲਾ ਹਾਫਿਜ਼